ਸਕਸ਼ਨ ਕੱਪ ਨਾਲ ਬਹੁਤ ਵਧੀਆ ਛਲਾਂਗ ਮਾਰਨ ਵਾਲੇ ਕੀੜੇ ਬਣਦੇ ਹਨ। ਇਹ ਬੱਗ ਕਾਰਡ ਪੇਪਰ ਦਾ ਬਣਿਆ ਹੈ, ਲੱਤਾਂ ਤਾਰਾਂ ਦੀਆਂ ਬਣੀਆਂ ਹਨ। ਜਦੋਂ ਅਸੀਂ ਸਕਸ਼ਨ ਕੱਪ ਨੂੰ ਦਬਾਉਂਦੇ ਹਾਂ ਤਾਂ ਕੱਪ ਚਿਪਕ ਜਾਂਦਾ ਹੈ, ਲੱਤਾਂ ਸਪਰਿੰਗ ਵਾਂਗ ਉੱਪਰ ਨੂੰ ਆਉਂਦੀਆਂ ਹਨ। ਇਸ ਤਰ੍ਹਾਂ ਕੀੜਾ ਛਲਾਂਗਾਂ ਮਾਰਨ ਲੱਗਦਾ ਹੈ। ਕਈ ਕਿਸਮਾਂ ਦੇ ਕੀੜੇ ਹੁੰਦੇ ਹਨ। ਪਲਾਸਟਿਕ ਦੀ ਬੋਤਲ ਨੂੰ ਕੱਟ ਕੇ ਕੀੜੇ ਦਾ ਸਰੀਰ ਬਣਾਇਆ ਜਾ ਸਕਦਾ ਹੈ। ਕੀੜੇ ਕਈ ਕਿਸਮਾਂ ਅਤੇ ਰੰਗਾਂ ਦੇ ਹੁੰਦੇ ਹਨ, ਪਰ ਉਹਨਾਂ ਦੀ ਇੱਕ ਚੀਜ਼ ਆਮ ਹੈ ਕਿ ਉਹ ਸਾਰੇ ਛਲਾਂਗਾਂ ਮਾਰਦੇ ਹਨ। ਇੱਕ ਅੱਧੀ ਪਲਾਸਟਿਕ ਗੇਂਦ ਸਕਸ਼ਨ ਕੱਪ ਨਾਲ ਬਹੁਤ ਵਧੀਆ ਛਲਾਂਗਾਂ ਮਾਰਨ ਵਾਲਾ ਕੀੜਾ ਬਣਾਉਂਦੀ ਹੈ। ਅੰਤ ਵਿੱਚ ਫੈਕਟਰੀ ਦੀ ਬਣੀ ਇੱਕ ਡਰੈਗਨ ਫਲਾਈ ਦਾ ਆਨੰਦ ਮਾਣੋ। ਇਸ ਦੀਆਂ ਲੰਬੀਆਂ ਲੱਤਾਂ ਇਸ ਨੂੰ ਬਹੁਤ ਉੱਚੀ ਛਲਾਂਗ ਮਾਰਨ ਦੀ ਸ਼ਕਤੀ ਦਿੰਦੀਆਂ ਹਨ। ਇੱਕ ਵਾਰ ਇਸ ਨੂੰ ਦੱਬੋ ਤਾਂ ਇਹ 5 ਫੁੱਟ ਉੱਚੀ ਛਲਾਂਗ ਮਾਰਦੀ ਹੈ।